ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਪੰਜਾਬੀ ਫਿਲਮ 'ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰ ਰਹੇ ਗੁਰਪ੍ਰੀਤ ਸਿੰਘ ਔਰ ਵਿੱਕੀ ਮੋਦੀ ਤੇ ਸ਼ੇਅਰ ਕਰਦੇ ਸਮੇਂ ਸੰਜੇ ਢੀਂਗਰਾ ਨਾਂ ਦੇ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਹੈ। ਵਿੱਕੀ ਮੋਦੀ ਦੀ ਹਾਲਤ ਖਰਾਬ ਦੇਖਦਿਆਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਹੈ। ਡਾਕਟਰਾਂ ਮੁਤਾਬਕ ਉਹਨਾਂ ਦੀ ਛਾਤੀ ਵਿੱਚ ਡੂੰਘਾ ਜ਼ਖਮ ਹੋ ਗਿਆ ਹੈ ਜੋ ਕਿ ਸਕੈਨ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਘਟਨਾ ਨਾਲ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ। ਗੁਰਪ੍ਰੀਤ ਸਿੰਘ ਆਇਆ ਸੀ 50 ਇਅਰਸ ਮੇਲ ਅਸੋਲਟ ਦੀ ਹਿਸਟਰੀ ਨਾਲ ਆਇਆ ਵਿਦ ਅਲੈਜਡ ਹਿਸਟਰੀ ਔਰ ਇਹਦੇ ਚੈਸਟ 'ਤੇ ਇੱਕ ਵੂਨ ਸੀ ਅਤੇ ਉਹਨੂੰ ਆਪਾਂ ਜੋ ਵੀ ਸੂਚਰ ਕੀਤਾ ਔਰ ਫਰਦਰ ਸਕੈਨ ਲਈ ਉਹਨੂੰ ਪਟਿਆਲਾ ਭੇਜਿਆ। ਡੀਪ ਹੈ, ਲੈਟ ਸੀ ਆਫਟਰ ਸਰਜਨਸ ਓਪੀਨੀਅਨ ਕਿ ਕੀ ਆ। ਹਾਂਜੀ, ਰੈਫਰ ਕੀਤਾ ਪਟਿਆਲਾ ਫਰ ਸਕੈਨ। ਦੱਸਦੇ ਕਿ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਸੰਜੇ ਢੀਂਗਰਾ ਦਾ ਆਪਣੀ ਪਤਨੀ ਨਾਲ ਕਾਫੀ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਮੈਂ ਉਸਦੀ ਪਤਨੀ ਦੇ ਹੱਕ ਵਿੱਚ ਸੀ, ਇਸ ਕਰਕੇ ਉਸਨੇ ਮੌਕੇ ਦੇਖਦੇ ਹੀ ਮੇਰੇ ਤੇ ਹਮਲਾ ਕਰ ਦਿੱਤਾ। ਇਹ ਤਾਂ ਹੁਣ ਪਤਾ ਲੱਗਿਆ ਸੀ ਥਾਣੇ ਵੀ ਕਿਸੇ ਦੇ ਬੰਦੇ ਦੇ ਚਾਕੂ ਲੱਗੇ ਨੇ। ਉਹਦੇ ਨਾਲ ਸੁਣਦਿਆਂ ਸਾਰੀ ਮੈਂ ਇੱਥੇ ਪਹੁੰਚਿਆ ਹੋਸਪਿਟਲ, ਤਾਂ ਇੱਥੇ ਡਾਕਟਰ ਸਾਹਿਬ ਨੇ ਦੱਸਿਆ ਜਿਹੜਾ ਪੇਸ਼ੈਂਟ ਆ ਉਹ ਰੈਫਰ ਕਰਤਾ ਆ ਰਿਹਾ ਪਟਿਆਲਾ ਸਕੈਨ ਵਾਸਤੇ, ਉਹਦੀ ਕੰਡੀਸ਼ਨ ਸਟੇਬਲ ਹੈ ਫਿਲਹਾਲ। ਕੋਈ ਗੁਰਪ੍ਰੀਤ ਸਿੰਘ ਦਾ ਨਾਮ ਦਾ ਹਕੀ ਮਸਟ ਨਾਮੇ ਦਾ। ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਉਰਫ ਵਿੱਕੀ ਮੋਦੀ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਚਿਹਰਿਆਂ ਨਾਲ ਕੰਮ ਕਰ ਚੁੱਕੇ ਨੇ। ਉਹਨਾਂ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ, ਹਰਭਜਨ ਮਾਨ ਅਤੇ ਮਨਮੋਹਨ ਬਾਰਿਸ਼ ਹੋਰ ਵੀ ਕਈ ਕਲਾਕਾਰਾਂ ਨਾਲ ਕੰਮ ਕੀਤਾ ਹੈ ਅਤੇ ਪੁਰਾਣੇ ਉੱਘੇ ਸਿੰਗਰਾਂ ਨੂੰ ਵੱਖ ਵੱਖ ਚੈਨਲਾਂ ਤੇ ਲਿਆਉਣ ਵਿੱਚ ਅਹਿਮ ਯੋਗਦਾਨ ਵੀ ਪਾਇਆ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।